ਪਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਪਿਆਰੇ ਭਰਾਓ ਤੇ ਭੈਣੋ, ਅੱਜ ਪਾਕਮਾ ਕਲੀਸੀਆ ਪਾਕ ਤਸਲੀਸ ਦਾ ਤਿਉਹਾਰ ਮਨਾ ਰਹੀ ਹੈ, ਯਾਨੀ ਕਿ ਬਾਪ ਬੇਟੇ ਅਤੇ ਰੂਹ ਪਾਕ ਦਾ ਤਿਉਹਾਰ। ਆਓ ਅਸੀਂ ਅੱਜ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦਾ ਪਹਿਲਾ ਪਾਠ ਕੂਚ ਦਾ ਗ੍ਰੰਥ, ਉਹਦਾ 34 ਅਧਿਆਇ 4-6 ਤੱਕ, 8-9 ਆਇਤ। ਅੱਜ ਦਾ ਦੂਜਾ ਪਾਠ ਸੰਤ ਪੌਲਸ ਦਾ ਕੁਰੰਥੀਅਸ ਦੀ ਵਿਸ਼ਵਾਸ ਸੰਗਤ ਨੂੰ, ਦੂਜਾ ਪੱਤਰ 13 ਦੇ ਆਏ 11-13 ਤੱਕ, ਅਤੇ ਅੱਜ ਦੀ ਅੰਜੀਲ ਯਹੂਨਾ ਦੀ ਅੰਜੀਲ 3 ਦੇ ਆਏ 16-18 ਆਇਤ ਤੱਕ। ਪਿਆਰਿਓ, ਤੁਹਾਡੇ ਘਰ ਵਿੱਚ ਬਲਬ ਲੱਗਾ ਹੈ, ਬਲਬ ਨੂੰ ਦੇਖਿਓ। ਬਲਬ ਨੂੰ ਤੁਸੀਂ ਆਰਾਮ ਨਾਲ ਦੇਖ ਸਕੋਗੇ। ਫਿਰ ਤੁਸੀਂ ਬਾਹਰ ਜਾਇਓ ਅਤੇ ਬਾਹਰ ਜਾ ਕੇ ਸੂਰਜ ਵੱਲ ਵੇਖਿਓ, ਅਤੇ ਜਦੋਂ ਤੁਸੀਂ ਸੂਰਜ ਨੂੰ ਵੇਖੋਗੇ, ਤੁਹਾਡੇ ਕੋਲ ਸੂਰਜ ਨੂੰ ਵੇਖਿਆ ਨਹੀਂ ਜਾਵੇਗਾ। ਜਿਹੜਾ ਬਲਬ ਹੈ ਉਹ ਇਨਸਾਨ ਦੇ ਦੁਆਰਾ ਬਣਾਇਆ ਗਿਆ ਹੈ, ਉਹਨੂੰ ਅਸੀਂ ਦੇਖ ਸਕਦੇ ਹਾਂ, ਲੇਕਿਨ ਇਹ ਜੋ ਸੂਰਜ ਹੈ ਇਸ ਨੂੰ ਬਣਾਉਣ ਵਾਲਾ ਕੌਣ ਹੈ? ਖੁਦਾ ਹੈ। ਜੇਕਰ ਖੁਦਾ ਦੇ ਦੁਆਰਾ ਬਣਾਏ ਹੋਏ ਅਸੀਂ ਸੂਰਜ ਨੂੰ ਨਹੀਂ ਵੇਖ ਸਕਦੇ, ਤਾਂ ਅਸੀਂ ਖੁਦਾ ਨੂੰ ਕਿੱਦਾਂ ਦੇਖ ਸਕਦੇ? ਹਾਂ ਪਿਆਰਿਓ, ਉਹ ਸਰਵ ਵਿਆਪੀ ਖੁਦਾ ਹੈ, ਸਰਵ ਉੱਚਾ ਖੁਦਾ ਹੈ। ਅਤੇ ਇੱਕ ਘਟਨਾ ਨੂੰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਪਿਆਰਿਓ, ਇੱਕ ਘਟਨਾ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਪਾਕ ਤਸਲੀਸ ਖੁਦਾ ਹੈ, ਯਾਨੀ ਕਿ ਖੁਦਾ ਬਾਪ, ਖੁਦਾ ਬੇਟਾ ਅਤੇ ਖੁਦਾ ਰੂਹ ਪਾਕ, ਯਾਨੀ ਕਿ ਖੁਦਾ ਬਣਾਉਣ ਵਾਲਾ, ਬੇਟਾ ਬਚਾਉਣ ਵਾਲਾ ਅਤੇ ਰੂਹ ਪਾਕ ਮਦਦਗਾਰ। ਸੰਤ ਅਗਸਤੀਨ ਕਲੀਸੀਆ ਦੇ ਵਿੱਚ ਬਹੁਤ ਵੱਡੇ ਵਿਦਵਾਨ ਹੋਏ ਨੇ, ਉਹ ਇਹ ਗਿਆਨ ਨੂੰ ਹਾਸਲ ਕਰਨਾ ਚਾਹੁੰਦੇ ਸੀ, ਆਪਣੇ ਛੋਟੇ ਜਿਹੇ ਦਿਮਾਗ ਦੇ ਵਿੱਚ ਉਹਨੂੰ ਸਮਾਉਣਾ ਚਾਹੁੰਦਾ ਸੀ। ਅਤੇ ਇੱਕ ਵਾਰੀ ਜਦੋਂ ਉਹ ਸਮੁੰਦਰ ਦੇ ਖੰਡੇ 'ਤੇ ਘੁੰਮ ਰਿਹਾ ਸੀ, ਤਾਂ ਉਸਨੂੰ ਪ੍ਰਭੂ ਨੇ ਇੱਕ ਬੱਚੇ ਦੇ ਰੂਪ ਵਿੱਚ ਦਰਸ਼ਨ ਦਿੱਤੇ। ਬੱਚਾ ਸਮੁੰਦਰ ਦੇ ਕੰਢੇ 'ਤੇ ਇੱਕ ਟੋਇਆ ਪੁੱਟ ਕੇ ਇੱਕ ਮੱਗ ਦੇ ਨਾਲ ਸਮੁੰਦਰ ਤੋਂ ਪਾਣੀ ਕੱਢ ਕੇ ਉਹ ਟੋਏ ਵਿੱਚ ਪਾ ਰਿਹਾ ਸੀ। ਅਤੇ ਸੰਤ ਅਗਸਤੀਨ ਉੱਥੇ ਉਹਦੇ ਕੋਲ ਜਾਂਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਤੂੰ ਕੀ ਕਰ ਰਿਹਾ ਹੈ? ਉਸਨੇ ਆਖਿਆ ਕਿ ਮੈਂ ਸਮੁੰਦਰ ਨੂੰ ਇਸ ਛੋਟੇ ਟੋਏ ਦੇ ਵਿੱਚ ਪਾਉਣ ਜਾ ਰਿਹਾ। ਅਤੇ ਸੰਤ ਅਗਸਤੀਨ ਨੇ ਉਹਨੂੰ ਕਿਹਾ, ਐਡਾ ਵੱਡਾ ਵਿਸ਼ਾਲ ਸਮੁੰਦਰ ਹੈ ਅਤੇ ਤੂੰ ਇੰਨੇ ਸਾਰੇ ਵੱਡੇ ਸਮੁੰਦਰ ਨੂੰ ਇਹ ਛੋਟੇ ਜਿਹੇ ਟੋਏ 'ਚ ਪਾ ਸਕਦਾ? ਕਿਹੋ ਜਿਹੀ ਬੇਵਕੂਫੀ ਵਾਲੀ ਤੂੰ ਗੱਲ ਕੰਮ ਕਰ ਰਿਹਾ? ਅਤੇ ਉਸ ਬੱਚੇ ਨੇ ਸੰਤ ਅਗਸਤੀਨ ਨੂੰ ਆਖਿਆ, ਤੂੰ ਵੀ ਤਾਂ ਇਹੋ ਹੀ ਕਰ ਰਿਹਾ ਹੈ, ਤੂੰ ਵੀ ਆਪਣੇ ਇੱਕ ਛੋਟੇ ਜਿਹੇ ਦਿਮਾਗ ਦੇ ਵਿੱਚ ਇਹ ਸਿਰਜਣਹਾਰ ਖੁਦਾ ਨੂੰ, ਬਾਪ ਬੇਟੇ ਅਤੇ ਰੂਹ ਪਾਕ ਨੂੰ ਉਹਦੇ ਵਿੱਚ ਸਮਾਉਣਾ ਚਾਹੁੰਦਾ ਹੈ। ਹਾਂ ਪਿਆਰਿਓ, ਇਹ ਭੇਦ ਹੈ ਜੋ ਸਾਡੀ ਸਮਝ ਤੋਂ ਪਰੇ ਹੈ। ਇੱਥੇ ਸਿਰਫ ਅਸੀਂ ਹੱਥ ਜੋੜ ਕੇ, ਸਿਰ ਝੁਕਾ ਕੇ ਨਤਮਸਤਕ ਹੋਣਾ ਹੈ। ਹਾਂ ਪਿਆਰਿਓ, ਅੱਜ ਜਦ ਪਾਕਮਾ ਕਲੀਸੀਆ ਇਸ ਪਾਕ ਤਸਲੀਸ ਦਾ ਤਿਉਹਾਰ ਮਨਾ ਰਹੀ ਹੈ, ਅਸੀਂ ਅੱਜ ਇਹਨਾਂ ਦੀ ਏਕਤਾ ਦੇ ਉੱਤੇ ਮਨਨ ਕਰਦੇ ਹੋਏ ਆਪਣੇ ਪਰਿਵਾਰਾਂ ਦੇ ਨਾਲ ਇਸ ਦੀ ਤੁਲਨਾ ਕਰਨੀ ਹੈ। ਜਿਸ ਤਰ੍ਹਾਂ ਬਾਪ, ਬੇਟਾ ਅਤੇ ਰੂਹ ਪਾਕ ਭਾਵੇਂ ਉਹਨਾਂ ਦੇ ਜੋ ਸੁਭਾਅ ਨੇ ਵੱਖਰੇ ਵੱਖਰੇ ਨੇ, ਲੇਕਿਨ ਇੱਕ ਹੀ ਖੁਦਾ ਹੈ, ਉਸੇ ਤਰ੍ਹਾਂ ਹੀ ਸਾਡੇ ਪਰਿਵਾਰਾਂ ਦੇ ਵਿੱਚ ਵੀ ਹਰ ਇੱਕ ਦਾ ਸੁਭਾਅ ਵੱਖਰਾ ਵੱਖਰਾ ਹੈ। ਜੇਕਰ ਘਰ ਦੇ ਵਿੱਚ 4 ਭਰਾ ਨੇ, ਇੱਕ ਭੈਣ ਹੈ, ਤਾਂ ਉਹਨਾਂ 5 ਦਾ ਹੀ ਸੁਭਾਅ ਵੱਖਰਾ ਵੱਖਰਾ ਹੋਵੇਗਾ। ਇਸ ਕਰਕੇ ਅਸੀਂ ਅੱਜ ਏਕਤਾ ਦੇ ਵਿੱਚ ਰਹਿਣ ਦਾ ਪ੍ਰਣ ਕਰੀਏ, ਅਤੇ ਨਾਲ ਦੂਜਾ ਪ੍ਰਣ ਕਰੀਏ ਕਿ ਜਦੋਂ ਵੀ ਮੈਂ ਸਲੀਪ ਦਾ ਨਿਸ਼ਾਨ ਬਣਾਵਾਂਗਾ, ਪੂਰੇ ਅਦਬ ਦੇ ਨਾਲ ਹੌਲੀ ਹੌਲੀ ਅਤੇ ਉਹਦੇ ਉੱਤੇ ਮਨਨ ਕਰਦੇ ਹੋਏ ਸਲੀਪ ਦਾ ਨਿਸ਼ਾਨ ਬਣਾਵਾਂਗਾ। ਕਈ ਵਾਰੀ ਅਸੀਂ ਸਲੀਪ ਦਾ ਨਿਸ਼ਾਨ ਬਣਾ ਦਿੰਦੇ ਹਾਂ, ਲੇਕਿਨ ਅੱਜ ਤੋਂ ਅਸੀਂ ਫੈਸਲਾ ਕਰੀਏ ਕਿ ਜਦੋਂ ਵੀ ਮੈਂ ਸਲੀਪ ਦਾ ਨਿਸ਼ਾਨ ਬਣਾਉਣਾ ਹੈ, ਪੂਰੀ ਭਗਤੀ ਦੇ ਨਾਲ ਹੌਲੀ ਹੌਲੀ ਬਾਪ, ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇਗਾ। ਆਓ ਪਿਆਰਿਓ, ਅਸੀਂ ਇਸ ਗੱਲ ਨੂੰ ਵੀ ਯਾਦ ਕਰੀਏ ਕਿ ਪ੍ਰਭੂ ਸਾਡਾ ਖੁਦਾ ਬਖਸ਼ਣਹਾਰ ਖੁਦਾ ਹੈ, ਮਾਫ਼ ਕਰਨ ਵਾਲਾ ਖੁਦਾ ਹੈ। ਉਹ ਬਚਾਉਣ ਦੇ ਲਈ ਆਇਆ ਹੈ ਕਿ ਅਸੀਂ ਸਾਰੇ ਬਚਾਏ ਜਾਈਏ। ਆਓ ਅਸੀਂ ਅੱਜ ਵਿਸ਼ਵ ਵਿਆਪੀ ਕਲੀਸੀਆ ਦੇ ਲਈ ਦੁਆ ਕਰੀਏ, ਅਤੇ ਨਾਲ ਹੀ ਨਾਲ ਸਾਡੀ ਸੈਮਨਰੀ ਦੇ ਲਈ ਪ੍ਰਾਰਥਨਾ ਕਰੀਏ, ਜਿਸ ਦੀ ਸਰਪ੍ਰਸਤ ਪਾਕ ਤਸਲੀਸ ਖੁਦਾ ਹੈ।
उत्थे पढ़न वाले सारे ब्रदरां नूं बरकत मिले, पढ़ाउण वाले सारे फादरां नूं बरकत मिले, तो जिन्हें भी इत्थों पढ़ के फादर बन गए ने उन्हां दे मिशन कार्जां दे विच उन्हां नूं बरकत मिले। हत्थां नूं जोड़ो, अखां नूं बंद करो, प्रार्थना करिए। प्यारे खुदावंद, अज्ज दे वचन दे लई तेरा धन्नवाद करदे हाँ, ते नाल ही नाल अज्ज दी ईद दे लई ए प्रभु सानूं वी पाक तसलीस खुदा दे वांग, पाक तसलीस खुदा बाप बेटे अते रूह पाक दे वांग एकता विच बन्ने रहण दे लई अते एकता विच अगे वधण दी शक्ति दिओ। मंगदे हां साडे प्रभु यीशु मसीह दे राहीं, आमीन।